ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਆ ਕਰ ਲੋ ਕਿਉ ਨੂੰ ਭਾਂਡਾ ਜਨਤਾ ਨਹੀਂ ਟਲਦੀ ਐਸੰਬੈਸੀ ਚੋਂ ਹਜ਼ਾਰ ਬੀਜੇ ਸਟicker ਹੋ ਗਏ ਚੋਰੀ ਪਈਆਂ ਪਾਜੜਾਂ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਕਿਸੇ ਵੀ ਵਦੇਸ਼ ਮੰਤਰਾਲੇ ਦੀ ਐਮਬੈਸੀ ਬਹੁਤ ਜ਼ਿਆਦਾ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਇਸ ਵਿੱਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਅਨਸਰਾਂ ਦੇ ਲਈ ਕਾਫੀ ਮੁਸ਼ਕਲ ਹੋ ਜਾਂਦਾ ਹੈ ਤੇ ਪਾਕਿਸਤਾਨ ਦੇ اسلامਾਬਾਦ ਤੋਂ ਐਮਬੈਸੀ ਦੇ ਵਿੱਚ ਕੀਤੀ ਗਈ ਚੋਰੀ ਦੀ ਵਾਰਦਾਤ ਬਾਰੇ ਇੱਕ ਕਬੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰ ਦੇ ਅਨੁਸਾਰ ਚੋਰਾਂ ਦੇ ਵੱਲੋਂ 1000 ਦੇ ਲਗਭਗ ਸ਼ੈਨੇਗਨ ਵੀਜ਼ਾ ਸਟicker اسلامਾਬਾਦ ਵਿੱਚ ਇਤਲਾਬੀ ਦੂਤਾਵਾਸ ਤੋਂ ਚੋਰੀ ਕੀਤੇ ਗਏ ਹਨ ਤੇ ਚੋਰਾਂ ਦੇ ਵੱਲੋਂ ਇਹਨਾਂ ਸਟickerਾਂ ਦੇ ਵਿੱਚੋਂ 250 ਵੀਜ਼ਾ ਸਟicker ਦੇ ਗਿੜਿਆ ਕਿ ITA041915751 ਤੋਂ ਲੈ ਕੇ ITA04191600 ਦੇ ਕਰਮਬਾਰ ਸੰਖਿਆ ਵਿੱਚ ਚੋਰੀ ਕੀਤੇ ਗਏ ਹਨ ਤੇ 750 ਦੇ ਕਰੀਬ ਸਟicker ITA041913255 ਤੋਂ ITA041914000 ਦੇ ਸਟicker ਵੀ ਸੀਰੀਅਲ ਨੰਬਰ ਦੇ ਨਾਲ ਚੋਰੀ ਕੀਤੇ ਗਏ ਹਨ ਤੇ ਰਿਪੋਰਟ ਦੇ ਮੁਤਾਬਕ ਇਸ ਮਹੀਨੇ ਇਟਲੀ ਦੇ ਦੂਤਾਵਾਸ ਦੇ ਲੌਕਰ ਰੂਮ ਤੋਂ 1000 ਦੇ ਕਰੀਬ ਵੀਜ਼ਾ ਸਟਿੱਕਰਾਂ ਦੀ ਚੋਰੀ ਹੋਣ ਦੇ ਵੇਸ਼ੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੁਆਰਾ ਸੰਘੀ ਜਾਂਚ ਏਜੰਸੀ ਅਤੇ ਗ੍ਰਹਿ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ ਸੀ